ਅਸਲਾਮ ਅਲੈਕੁਮ। ਇਹ ਜਿਹੜਾ ਮੇਰਾ ਮੈਸੇਜ ਹੈ ਇਹ ਖਾਸ ਤੌਰ 'ਤੇ ਸਾਡੇ ਪੰਜਾਬ ਦੇ ਜਿਹੜੇ ਭੈਣਾਂ ਭਰਾ ਨੇ ਜਿਹੜੇ ਪਿੰਡਾਂ ਥਾਵਾਂ 'ਚ ਜਾਂ ਮੁਹੱਲਿਆਂ 'ਚ ਰਹਿੰਦੇ ਨੇ, ਜਿਨ੍ਹਾਂ ਤਿਕਰ ਹਾਲੀ ਤਿਕਰ ਇਹ ਮੈਸੇਜ ਨਹੀਂ ਪਹੁੰਚਿਆ ਹੋਏਗਾ ਕਿ ਕਿੱਡੀ ਇਹ ਖਤਰਨਾਕ ਵਬਾ ਕਰੋਨਾ ਵਾਇਰਸ ਦੇ ਨਾਂ ਨਾਲ ਦੁਨੀਆ 'ਚ ਫੈਲ ਚੁੱਕੀ ਹੈ ਅਤੇ ਹੁਣ ਉਹ ਪਾਕਿਸਤਾਨ ਵੀ ਆ ਗਏ। ਅਤੇ ਜੇ ਅਸੀਂ ਰਲ ਕੇ ਮਿਲ ਕੇ ਇਹ ਚੀਜ਼ਾਂ ਨਹੀਂ ਕੀਤੀਆਂ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ, ਅਤੇ ਹਜ਼ਾਰਾਂ ਲੋਕ ਜਿਹੜੇ ਨੇ ਜਾਨਾਂ ਨੇ ਜਿਹੜੀਆਂ ਨੇ ਉਹ ਜਾ ਸਕਦੀਆਂ ਨੇ। ਇਹ ਹੁਣ ਤੁਸੀਂ ਕਰਨਾ ਕੀ ਹੈ, ਤੁਸੀਂ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣਾ, ਭਾਵੇਂ ਅਗਲਾ ਬੁਰਾ ਬਣਾਵੇ ਜਾਂ ਅੱਛਾ ਬਣਾਏ, ਕਿਉਂਕਿ ਹੁੰਦਾ ਕੀ ਹੈ ਹੱਥ ਮਿਲਾਉਣ ਨਾਲ ਇੱਕ ਵਬਾਹ ਇੱਕ ਬੰਦੇ 'ਚੋਂ ਦੂਸਰੇ ਬੰਦੇ ਤੋਂ ਜਾਂਦੀ ਹੈ ਅਤੇ ਇਹ ਫਿਰ ਫੈਲ ਜਾਂਦੀ ਹੈ, ਪੂਰੇ ਪਿੰਡ 'ਚ ਪੂਰੇ ਮੁਹੱਲੇ 'ਚ ਫੈਲ ਸਕਦੀ ਹੈ। ਬਲਕਿ ਇਸ ਤੋਂ ਵੀ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜੇ ਹੋ ਸਕੇ ਤਾਂ ਬੜਾ ਹੀ ਜ਼ਰੂਰੀ ਹੈ ਕਿ ਤੁਸੀਂ ਘਰੋਂ ਬਾਹਰ ਹੀ ਨਹੀਂ ਨਿਕਲਣਾ, ਤੁਸੀਂ ਘਰ ਬਹਿਣਾ ਹੈ, ਕਿਸੇ ਮਜਮੇ 'ਤੇ ਨਹੀਂ ਜਾਣਾ, ਕਿਸੇ ਐਸੀ ਜਗ੍ਹਾ ਨਹੀਂ ਜਾਣਾ ਜਿੱਥੇ ਲੋਕ ਇਕੱਠੇ ਹੋ ਜਾਣ, ਕਿਉਂਕਿ ਇੱਕ ਜਣੇ ਤੋਂ ਦੋ ਜਣੇ ਫਿਰ 20 ਜਣੇ ਫਿਰ ਸੈਂਕੜਾ ਲੋਕਾਂ ਨੂੰ ਇਹ ਚੀਜ਼ ਹੋ ਸਕਦੀ ਹੈ, ਅਤੇ ਇਹਦਾ ਇਲਾਜ ਵੀ ਹਾਲੇ ਤਿਕਰ ਜਿਹੜਾ ਨਹੀਂ ਆਇਆ। ਅਤੇ ਬੜਾ ਜ਼ਰੂਰੀ ਹੈ ਕਿ ਤੁਸੀਂ ਘਰ ਹੁਣ ਘਰ ਬਹਿਣ ਨਾਲ ਜਿਹੜੇ ਮਸਲੇ ਮੁਸ਼ਕਿਲਾਂ ਨੇ, ਸਭ ਤੋਂ ਵੱਡਾ ਮਸਲਾ ਹੈ ਕਿ ਬਈ ਘਰ ਬਹਿ ਗਏ ਅਤੇ ਦਿਹਾੜੀ ਕੌਣ ਲਾਏਗਾ ਅਤੇ ਰੋਟੀ ਬੱਚਿਆਂ ਨੂੰ ਕੌਣ ਖਵਾਏਗਾ, ਵਿਚਾਰੇ ਭੁੱਖੇ ਮਰ ਜਾਣਗੇ। ਹੁਣ ਇਹਦੇ ਵਾਸਤੇ ਗੌਰਮੈਂਟ ਨੂੰ ਜਿਹੜੀ ਤਜਵੀਜ਼ ਦਿੱਤੀ ਹੈ, ਜਿਹੜੀ ਗੌਰਮੈਂਟ ਆਪ ਵੀ ਮੇਰੇ ਖਿਆਲ 'ਚ ਕੰਮ ਕਰ ਰਹੀ ਹੈ, ਉਹ ਇਹ ਆ ਕਿ ਤੁਹਾਨੂੰ ਤੁਹਾਡੇ ਘਰ ਬੈਠਿਆਂ ਰਾਸ਼ਨ ਦਿੱਤਾ ਜਾਏ, ਫਰਾਹਮ ਕੀਤਾ ਜਾਏ, ਤਾਂ ਕਿ ਤੁਹਾਨੂੰ ਬਾਹਰ ਜਾ ਕੇ ਕੰਮ ਨਾ ਕਰਨਾ ਪਏ। ਇਹ ਕਿਸ ਤਰ੍ਹਾਂ ਹੋਏਗਾ ਕਿ ਗੌਰਮੈਂਟ ਦੇ ਅਦਾਰੇ ਫੌਜ ਨਾਲ ਮਿਲ ਕੇ, ਸਿਵਲ ਸੁਸਾਇਟੀ ਨਾਲ ਮਿਲ ਕੇ, ਜਿਹੜੇ ਸਾਹਿਬ ਇਸਤਤਾਤ ਲੋਕ ਨੇ ਜਿਹਨਾਂ ਕੋਲ ਪੈਸੇ ਨੇ, ਐਨ ਜੀ ਓਜ਼ ਨੇ, ਉਹ ਸਾਰੇ ਰਲ ਕੇ ਮਿਲ ਕੇ ਇੱਕ ਐਸਾ ਸਿਸਟਮ ਬਣਾਉਣ ਕਿ ਰਾਸ਼ਨ ਫੰਡ ਬਣਾਉਣ ਕਿ ਤੁਹਾਡੇ ਕੋਲ ਘਰ ਬਹਿ ਕੇ ਤੁਹਾਨੂੰ ਖਾਣਾ ਪੀਣਾ ਜਿਹੜੀ ਜ਼ਰੂਰੀ ਚੀਜ਼ਾਂ ਨੇ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਪਹੁੰਚ ਜਾਣ। ਅਤੇ ਇਹ ਭੈਣ ਬੜਾ ਜ਼ਰੂਰੀ ਹੈ, ਫੌਰੀ ਤੌਰ 'ਤੇ ਬਾਹਰ ਜਾਣਾ, ਇੱਕ ਦੂਜੇ ਨਾਲ ਮਿਲਣਾ, ਇਕੱਠਾ ਹੋਣਾ ਬੰਦ ਕਰ ਦਿਓ, ਕਿਉਂਕਿ ਅਗਰ ਫੈਲ ਗਈ ਤਾਂ ਹਜ਼ਾਰਾਂ ਲੋਕ ਮਰ ਸਕਦੇ ਨੇ। ਅਤੇ ਇਹ ਵੀਡੀਓ ਨੂੰ ਸ਼ੇਅਰ ਕਰੋ, ਇੱਕ ਦੂਜੇ ਨਾਲ ਇੱਕ ਦੂਜੇ ਨੂੰ ਦੱਸੋ ਕਿ ਕਿੱਡਾ ਜ਼ਰੂਰੀ ਹੈ।